ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਸਾਹਿਬ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰਚਾਰਕਾਂ ਦੇ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜਿੰਨੇ ਵੀ ਸਿੱਖੀ ਦੇ ਧਰਮ ਪ੍ਰਚਾਰਕ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਸਿੱਖੀ ਦੇ ਸਹੀ ਸਿਧਾਂਤਾਂ ਨੇ ਬਾਰੇ ਪ੍ਰਚਾਰ ਕਰਨ 'ਤੇ ਗੱਲਬਾਤ ਕੀਤੀ ਗਈ। ਉਹਨਾਂ ਕੋਲੋਂ ਟੱਡੀਆਂਵਾਲ ਦੇ ਨਾਂ ਆਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਭ ਪ੍ਰਚਾਰਕਾਂ ਅਤੇ ਕਥਾਵਾਚਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਜੇ ਉਹ ਨਹੀਂ ਆਏ ਤਾਂ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੇ ਸਿੱਖ ਪੰਥ ਨੂੰ ਅਤੇ ਸਾਰੇ ਹੀ ਜਿੰਨੇ ਮੇਰੇ ਜਥੇਬਾਦਾਰ ਸਾਹਿਬ ਅਕਾਲ ਤਖ਼ਤ ਸਾਰੇ ਹੀ ਮੀਡੀਆ ਵਾਲੇ ਸਾਹਮਣੇ ਇੱਕ ਹੱਥ ਲੈਣ ਦੀ ਬੇਨਤੀ ਕਰਦਾ, ਮੇਰੇ ਤੋਂ ਬਹੁਤ ਬੜੀ ਗਲਤੀ ਹੋ ਗਈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ। ਸਾਡੇ ਪੰਥ ਦੇ ਅੰਦਰ ਜਿਹੜੀਆਂ ਦੋ ਧਾਰਾਵਾਂ ਚੱਲਦੀਆਂ, ਸੰਪਰਦਾਇਕ ਵਿਚਾਰਧਾਰਾ ਔਰ ਦੂਸਰੀ ਸਾਡੀ ਜਿਹੜੀ ਮਿਸ਼ਨਰੀ ਵਿਚਾਰਧਾਰਾ ਕਹੀ ਜਾਂਦੀ ਹੈ, ਦੋਵੇਂ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੈ। ਦੋਨਾਂ ਦਾ ਏਮ ਇੱਕ ਹੈ, ਨਿਸ਼ਾਨਾ ਇੱਕ ਹੈ, ਲੇਕਿਨ ਸੋਸ਼ਲ ਮੀਡੀਆ ਦੇ ਰਾਹੀਂ ਪਿਛਲੇ ਕੁਝ ਸਮੇਂ ਤੋਂ ਇੱਕ ਤਣਾਅ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਸੀ, ਅਤੇ ਉਸ ਤਣਾਅ ਦੇ ਮਾਹੌਲ ਨੂੰ ਘੱਟ ਕਰਨ ਵਾਸਤੇ ਅੱਜ ਅਸੀਂ ਸਮੂਹ, ਸਾਡੇ ਜਿਹੜੇ ਵਿਦਵਾਨ ਕਥਾਵਾਚਕ ਜਿਹੜੇ ਅਕਸਰ ਹੀ TV ਚੈਨਲਾਂ ਦੇ ਉੱਤੇ ਕਥਾ ਕਰਦੇ ਹੈ, ਸੰਗਤ ਨੂੰ ਨਿਹਾਲ ਕਰਦੇ ਹੈ, ਗੁਰੂ ਗ੍ਰੰਥ ਗੁਰੂ ਪੰਥ ਨਾਲ ਜੋੜਦੇ ਹੈ, ਉਹਨਾਂ ਦੀ ਇਹ ਸਾਂਝੀ ਇਕੱਤਰਤਾ ਜਿਹੜੀ ਆ ਉਹ ਬੜਾ ਹੀ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੋਨੇ ਹੀ ਧਾਰਾਵਾਂ ਦੇ ਵਿਦਵਾਨਾਂ ਨੇ ਇੱਕ ਦੂਸਰੇ ਦਾ ਸਤਿਕਾਰ ਕੀਤਾ, ਇੱਕ ਦੂਸਰੇ ਨੂੰ ਮਾਣ ਦਿੱਤਾ ਔਰ ਇੱਕ ਦੂਸਰੇ ਦੇ ਵਿਚਾਰਾਂ ਨੂੰ ਸਲਾਹਿਆ। ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਹੀ ਜਿਹੜਾ ਹੈ ਇਸ ਕਿਸਮ ਦੀ ਪਹਿਲਕਦਮੀ ਲਈ ਅੱਗੇ ਆਉਂਦਾ ਰਹੇਗਾ, ਕਿਉਂਕਿ ਪੰਥਕ ਭਾਵਨਾਵਾਂ ਜਿਹੜੀਆਂ ਨੇ ਅੱਜ ਉਹ ਮੰਗ ਕਰਦੀਆਂ ਨੇ ਕਿ ਅਸੀਂ ਸਾਰੇ ਜਿਹੜੇ ਹੈ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੌਸ਼ਨੀ ਦੇ ਵਿੱਚ ਜ਼ਿੰਦਗੀ ਜੁਗਤ ਜਿਹੜੀ ਹੈ ਉਹ ਜਿਉਣ ਦਾ ਯਤਨ ਕਰੀਏ। ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਸਮੂਹ ਗੁਰੂ ਖਾਲਸਾ ਪੰਥ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ, ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ, ਇੱਕ ਸਾਂਝੀ ਇਕੱਤਰਤਾ ਬੁਲਾਈ ਹੈ। ਇੱਥੇ ਸਾਰੇ ਵਿਦਵਾਨਾਂ ਨੇ ਸੁਝਾਅ ਦਿੱਤੇ ਨੇ ਆਪਣੇ ਕਿ ਇਸ ਤਰ੍ਹਾਂ ਦੀਆਂ ਇਕੱਤਰਤਾਵਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਜਿਹੜੇ ਉਹ ਕੀਤੇ ਜਾਣ ਦੀ ਜ਼ਰੂਰਤ ਹੈ। ਅਤੇ ਨਾਲ ਹੀ ਇਹ ਵੀ ਅਸੀਂ ਕਿਹਾ ਸਾਰਿਆਂ ਨੂੰ ਕਿ ਪ੍ਰਚਾਰ ਪ੍ਰਸਾਰ ਜਿਹੜਾ ਹੈ ਗੁਰੂ ਗ੍ਰੰਥ ਦਾ ਗੁਰੂ ਪੰਥ ਦਾ ਉਹ ਸ਼ਰਧਾ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਕੀਤਾ ਜਾਵੇ। ਅਤੇ ਜਿਹੜੇ ਸਾਡੇ ਪੰਥ ਦੇ ਕੋਈ ਕੰਟਰੋਵਰਸ਼ਲ ਜਿਹੜੇ ਕੋਈ ਮੁੱਦੇ ਨੇ ਉਹ ਕੌਮ ਦੇ ਚਿੰਤਕਾਂ ਕੌਮ ਦੇ ਵਿਦਵਾਨਾਂ ਨੇ ਵਿਚਾਰਨੇ ਹੈ, ਉਹਨਾਂ ਨੂੰ ਪਾਸੇ ਰੱਖ ਕੇ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਜਿਹੜੀ ਹੈ ਸੰਗਤ ਦੇ ਵਿੱਚ ਕਰੀਏ, ਤਾਂ ਜੋ ਸੰਗਤ ਦੇ ਵਿੱਚ ਕਿਸੇ ਕਿਸਮ ਦੀ ਦੁਬਧਾ ਜਿਹੜੀ ਹੈ ਉਹ ਬਿਲਕੁਲ ਨਾ ਪਵੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਮੁੱਦੇ ਨੇ ਸਾਡੇ, ਇਹਨਾਂ ਦੇ ਵੀ ਹੱਲ ਲਈ ਅਸੀਂ ਯਤਨ ਕਰਾਂਗੇ। ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਠੰਡੇ ਪਾਸੇ 'ਚ ਪਾਵਾਂਗੇ, ਪਰ ਇਹ ਜਿਹੜੇ ਹੈ ਵਿਦਵਾਨ ਚਿੰਤਕ ਸਾਡੇ ਜਿਹੜੇ ਹੈ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਕੇ ਹੱਲ ਕਰਨ ਦਾ ਯਤਨ ਕਰਨਗੇ। ਪਰ ਉਹਨਾਂ 'ਚ ਸਾਡੇ ਪ੍ਰਚਾਰਕ ਜਿਹੜੇ ਵੀਰ ਹੈ ਕੋਈ ਵੀ ਹੈ, ਉਹਨਾਂ ਸਾਰੇ ਪ੍ਰਚਾਰਕ ਵੀਰਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿ ਉਹ ਗੱਲਾਂ ਜਿਹੜੀਆਂ ਸੰਗਤ ਦੇ ਵਿੱਚ ਨਾ ਕੀਤੀਆਂ ਜਾਣ ਜਿਹਨਾਂ ਨਾਲ ਸੰਗਤ ਦੇ ਵਿੱਚ ਦੁਬਧਾ ਪੈਂਦੀ ਹੋਵੇ, ਜਿਹਨਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ, ਐਸੀ ਸ਼ਬਦਾਵਲੀ ਜਿਹੜੀ ਆ ਉਹ ਨਾ ਵਰਤੀ ਜਾਏ ਜਿਹਦੇ ਨਾਲ ਜਿਹੜਾ ਹੈ ਭਾਵਨਾਵਾਂ ਕਿਸੇ ਦੀਆਂ ਆਹਤ ਹੁੰਦੀਆਂ ਜਾਣ। ਗੁਰਬਾਣੀ ਦਾ ਪ੍ਰਚਾਰ ਕੀਤਾ ਜਾਏ, ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਸਿੱਖ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਏ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਦੇ ਬੋਲਬਾਲੇ ਜਿਹੜੇ ਆ ਹੋਰ ਬੁਲੰਦ ਹੋ ਸਕਣ ਪੂਰੀ ਦੁਨੀਆਂ ਦੇ ਵਿੱਚ। ਔਰ ਅਸੀਂ ਇਸ ਮਕਸਦ ਨੂੰ ਪੂਰਿਆਂ ਕਰਨ ਵਾਸਤੇ ਅੱਜ ਦੀ ਇਕੱਤਰਤਾ ਬੁਲਾਈ ਹੈ, ਜਿਹਦੇ ਵਿੱਚ ਹਾਜ਼ਰੀਨ
ਵਿਦਵਾਨ ਕਥਾਵਾਚਕ ਪ੍ਰਚਾਰਕ ਸਾਹਿਬਾਨਾਂ ਨੇ ਹਾਜ਼ਰੀ ਭਰ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਹ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਹੈ। ਬਿਲਕੁਲ, ਕੋਈ ਇਸ ਤਰ੍ਹਾਂ ਦਾ ਨਾ ਤਾਂ ਬੁਲਾਇਆ ਗਿਆ ਸੀ, ਨਾ ਹੀ ਉਹ ਇਸ ਕਿਸਮ ਦਾ ਇੱਥੇ ਮਸਲਾ ਜਿਹੜਾ ਡਿਸਕਸ ਹੋਇਆ। ਅਸੀਂ ਸਿਰਫ ਅਤੇ ਸਿਰਫ ਜਿਹੜੇ ਸਾਡੇ ਬਾਕੀ ਹੋਰ ਜ਼ਰੂਰੀ ਕੌਮੀ ਮੁੱਦੇ ਨੇ, ਅਸੀਂ ਉਹਨਾਂ ਉੱਤੇ ਚਰਚਾ ਕੀਤੀ ਹੈ। ਅਸੀਂ ਆਵਾਜ਼ ਲਾਈ ਸੀ ਖੁੱਲ੍ਹੀ ਕਿ ਸਾਰੇ ਪ੍ਰਚਾਰਕ ਜਿਹੜੇ ਪ੍ਰਚਾਰ ਕਰਦੇ ਨੇ, ਧਰਮ ਪ੍ਰਚਾਰ ਕਰਦੇ ਨੇ, ਸਿੱਖ ਰਹਿਤ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਔਰ ਨਿਰੋਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਬੇਸਣ ਸਿੱਖ ਇਤਿਹਾਸ ਦਾ ਪ੍ਰਚਾਰ ਕਰਦੇ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਕੱਠੇ ਹੋਣ। ਔਰ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਚਾਰਕ ਸਾਹਿਬਾਨ, ਕਥਾਵਾਚਕ ਸਾਹਿਬਾਨ, ਵਿਦਵਾਨ ਸੱਜਣ ਇੱਥੇ ਹਾਜ਼ਰ ਹੋਏ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰਾਂਗੇ। ਬਿਲਕੁਲ, ਇਹ ਵੀ ਬਹੁਤ ਗਲਤ ਗੱਲ ਹੈ ਕਿ ਆਪਣੀ ਨਿੱਜੀ ਰੰਜਿਸ਼ ਜਿਹੜੀ ਹੈ ਉਹ ਗੁਰਬਾਣੀ ਦੀ ਪ੍ਰਚਾਰ ਪ੍ਰਸਾਰ ਦੀ ਆੜ ਦੇ ਵਿੱਚ ਕੱਢੀ ਜਾਵੇ। ਇਸ ਤੋਂ ਮਾੜਾ ਕਦਮ ਜਿਹੜਾ ਕੋਈ ਹੋ ਨਹੀਂ ਸਕਦਾ, ਭਾਵੇਂ ਉਹ ਕੋਈ ਵੀ ਹੋਵੇ। ਸੰਪਰਦਾਇਕ ਵਿਦਵਾਨ ਜਿਹੜੇ ਬੈਠੇ ਹੈ, ਸਿੱਖ ਰਹਿਤ ਮਰਿਆਦਾ ਦੀ ਗੱਲ ਵੀ ਇੱਥੇ ਚੱਲੀ ਹੈ, ਬਹੁਤ ਪੋਜ਼ਿਟਿਵਲੀ ਜਿਹੜੀਆਂ ਵਿਚਾਰਾਂ ਹੋਈਆਂ ਨੇ, ਹਾਂ ਪੱਖੀ ਜਿਹੜਾ ਸਾਨੂੰ ਜਿਹੜਾ ਹੈ ਉਹ ਹੁੰਗਾਰਾ ਮਿਲਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪ੍ਰਤੀ ਵੀ ਸਾਰੇ ਹੀ ਵਿਦਵਾਨਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ, ਉਹ ਖੁਸ਼ੀ ਵਾਲੀ ਗੱਲ ਹੈ। ਦੇਖੋ, ਚਰਚਾ 'ਚ ਰਹਿਣਾ ਸਿਆਸੀ ਲੋਕਾਂ ਦੀ ਜਿਹੜੀ ਹੈ ਉਹ ਇੱਕ ਮਜ਼ਬੂਰੀ ਹੁੰਦੀ ਹੈ, ਮੈਂ ਕੋਈ ਸਿਆਸੀ ਬੰਦਾ ਨਹੀਂ ਹਾਂ, ਇਸ ਕਰਕੇ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਾਂ। ਸਿੰਘ ਸਾਹਿਬ ਜੀ, ਕੋਈ ਰੋਕ ਲਾਈ ਜਾਏਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਆਪਣੀ ਨਿੱਜੀ ਰੰਜਿਸ਼ਾਂ ਜਿਹੜੀਆਂ ਧਾਰਮਿਕ? ਅਸੀਂ ਅੱਜ ਹੀ ਕਿਹਾ ਹੈਗਾ ਕਿ ਨਿੱਜੀ ਰੰਜਿਸ਼ਾਂ ਜਿਹੜੀਆਂ ਨੇ ਆਪਣੀਆਂ ਨਿੱਜੀ ਕਿਹੜਾ ਜਿਹੜੀਆਂ ਗੁਰਬਾਣੀ ਪ੍ਰਚਾਰ ਪ੍ਰਸਾਰ ਦੀ ਆੜ ਦੇ ਵਿੱਚ ਮੰਚਾਂ ਤੋਂ ਨਾ ਕੱਢੀਆਂ ਜਾਣ, ਜੇ ਕੋਈ ਐਸਾ ਕਰਦਾ ਉਹ ਗੁਰੂ ਗ੍ਰੰਥ ਗੁਰੂ ਪੰਥ ਦਾ ਬੁਲਾਇਆ ਹੈ। ਹਾਂ ਪੱਖੀ ਹੁੰਗਾਰਾ ਸਾਡੀ ਪਹਿਲੀ ਮੀਟਿੰਗ ਹੈ, ਸਾਡੀ ਪਹਿਲੀ ਮੀਟਿੰਗ ਦੇ ਵਿੱਚ ਹਾਂ ਪੱਖੀ ਹੁੰਗਾਰਾ ਮਿਲਿਆ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਣ। ਉਹ ਸਾਡੇ ਕੋਲ ਪਹੁੰਚੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਉਹ ਭੇਜ ਦਿੱਤੀ ਹੈ ਅਤੇ ਉਹ ਵਿਚਾਰ ਕਰੇਗੀ। ਜਿੰਨੇ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਉਂਦੇ ਨੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੇ ਲਾਗੂ ਕਰਨ ਵਾਲੇ ਹੁੰਦੇ ਨੇ, ਅਸੀਂ ਉੱਧਰ ਭੇਜਦੇ ਹਾਂ ਆਪਣੀ ਸਿਫਾਰਿਸ਼ ਦੇ। ਅਸੀਂ ਜਿਹੜਾ ਹੈ ਇਹੋ ਚਾਹੁੰਦੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਿਸੇ ਕੀਮਤ ਦੇ ਉੱਤੇ ਬੰਦ ਨਹੀਂ ਹੋਣਾ ਚਾਹੀਦਾ। ਮੈਂ ਕਿਹਾ ਕਿ ਪ੍ਰਚਾਰ ਪ੍ਰਸਾਰ ਬੰਦ ਨਹੀਂ ਹੋਣਾ ਚਾਹੀਦਾ, ਕੌਣ ਕਰਦਾ ਕੌਣ ਨਹੀਂ ਕਰਦਾ ਸਾਨੂੰ ਇਹਦੇ ਤੱਕ ਕੋਈ ਪਤਾ ਨਹੀਂ। ਉਹ ਪ੍ਰਚਾਰਕ ਜਿਹੜੇ ਅਕਾਲ ਤਖ਼ਤ ਦੀ ਮਰਿਆਦਾ ਦੇ ਅੰਦਰ ਰਹਿਣ ਦਾ ਜਿਹੜਾ ਸੰਦੇਸ਼ ਦਿੰਦੇ ਸੰਗਤਾਂ ਨੂੰ, ਉਹ ਖੁਦ ਹਾਜ਼ਰ ਨਹੀਂ ਹੁੰਦੇ ਜਦੋਂ ਉਹਨਾਂ ਨੂੰ ਬੁਲਾਇਆ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰੂ ਗ੍ਰੰਥ, ਗੁਰੂ ਪੰਥ ਤੋਂ ਕੋਈ ਵੀ ਮੁਨਕਰ ਨਹੀਂ ਹੈ, ਜਿਹੜਾ ਮੁਨਕਰ ਹੈ ਉਹ ਸਿੱਖ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਮੁੱਚੇ ਪੰਥ ਲਈ ਕਦੋਂ ਲਾਗੂ ਹੋਏਗੀ ਜੀ? ਅਸੀਂ ਟਕਸਾਲਾਂ ਦੇ ਜਿਹੜੀਆਂ ਅਸੀਂ ਇਹਦੇ ਲਈ ਹੀ ਯਤਨਸ਼ੀਲ ਹਾਂ, ਇਹਦੇ ਲਈ ਇਹ ਜਿਹੜੀਆਂ ਇਕੱਤਰਤਾਵਾਂ ਹੋ ਰਹੀਆਂ ਨੇ, ਇਹਦੇ 'ਚ ਸਾਨੂੰ ਮੈਂ ਵਾਰ ਵਾਰ ਕਹਿ ਰਿਹਾ ਕਿ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਇੱਕ ਦਿਨ ਦੇ ਵਿੱਚ, ਦੋ ਦਿਨ ਦੇ ਵਿੱਚ ਪੰਥਕ ਮਸਲੇ ਹੱਲ ਨਹੀਂ ਹੋਣੇ, ਜੇ 200 ਸਾਲ ਪੁਰਾਣੇ ਮਸਲੇ ਹੈ ਤਾਂ 200 ਸਾਲ ਹੱਲ ਹੋਣ 'ਤੇ ਵੀ ਲੱਗ ਸਕਦਾ। ਜਿਹੜੀ ਟਕਸਾਲ ਬਹੁਤ ਪਿਆਰ ਕਰਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਦਮਦਮੀ ਟਕਸਾਲ, ਅੱਜ ਉਸ ਟਕਸਾਲ ਦੇ ਵਿਦਵਾਨ ਵੀ ਬੋਲੇ ਹੈ, ਉਸ ਟਕਸਾਲ ਦੇ ਵਿਦਵਾਨਾਂ ਨੇ ਵੀ ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਰਹਿਤ ਮਰਿਆਦਾ ਦੀ ਗੱਲ ਕੀ, ਉਹ ਇਸੇ ਮਰਿਆਦਾ ਨੂੰ ਖਰੜਾ ਕਹਿ ਰਹੇ ਨੇ। ਸ੍ਰੀ ਅੱਜ ਦੀ ਇਕੱਤਰਤਾ ਦੇ ਵਿੱਚ ਸਾਰੇ ਵਿਦਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦੀ ਗੱਲ ਕੀਤੀ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਾਲੀ ਸ਼ਰਮਾ ਦੀ ਰਿਪੋਰਟ।